ਕੈਨੇਡਾ ਵਿੱਚ ਸਿੱਖ ਭਾਈਚਾਰਾ ਆਪਣੇ ਉਸ ਸੰਘਰਸ਼ ਦੀ ਖੁਸ਼ੀ ਮਨਾ ਰਿਹਾ ਹੈ ਜਿਸ ਨੇ ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ ਵਿੱਚ ਸਿੱਖ ਭਾਈਚਾਰੇ ਨੂੰ ਮੁਲਕ ਦੇ ਸੰਭਾਵੀ ਖਤਰਿਆਂ ਅਤੇ ਅੱਤਵਾਦ ਨਾਲ ਤਸਬੀਹ ਕਰਦੀ ਉਸ ਰਿਪੋਰਟ ਵਿੱਚ ਬਦਲਾਅ ਲਈ ਕੈਨੇਡੀਅਨ ਸਰਕਾਰ ਨੂੰ ਮਜਬੂਰ ਕਰ ਦਿੱਤਾ ਹੈ। ਪਰ ਇਸ ਦੇ ਕੁਝ ਆਲੋਚਕਾਂ ਅਤੇ ਟਿੱਪਣੀਕਾਰਾਂ ਦੇ ਗਲੇ ਹੇਠੋਂ ਸਿੱਖ ਕੌਮ ਦੇ ਇਸ ਸੰਘਰਸ਼ ਅਤੇ ਰਿਪੋਰਟ ਵਿੱਚ ਸੋਧ ਕਰਵਾਉਣ ਦੀ ਮੁਹਿੰਮ ਦੀ ਕਾਮਯਾਬੀ ਨਹੀਂ ਉਤਰ ਰਹੀ। ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਜਸਕਰਨ ਸਿੰਘ ਸੰਧੂ ਅਤੇ ਸਿੱਖ ਫੈਮਿਨਿਸਟ ਰਿਸਰਚ ਇੰਸਟੀਚਿਊਟ ਦੇ ਬੋਰਡ ਆਫ ਡਾਇਰੈਕਟਰ ਅਤੇ ਹੰਬਰ ਕਾਲਜ ਦੇ ਪ੍ਰੋਫੈਸਰ ਜਸਪ੍ਰੀਤ ਕੌਰ ਬੱਲ ਵੱਲੋਂ ਦ ਵਾਸ਼ਿੰਗਟਨ ਪੋਸਟ ਵਿੱਚ ਛਪੇ ਲੇਖ ਵਿੱਚ ਇਸ ਸਭ ਦੀ ਪੂਰੀ ਕੋਖ ਨਾਲ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਇਸ ਲੇਖ ਜ਼ਰੀਏ ਉਭਾਰ ਕੇ ਪੇਸ਼ ਕੀਤਾ ਗਿਆ ਹੈ। ਉਹ ਲਿਖਦੇ ਹਨ ਕਿ ਦਸੰਬਰ ਵਿੱਚ ਕੈਨੇਡਾ ਦੀ ਪਬਲਿਕ ਸੇਫਟੀ ਰਿਪੋਰਟ ਵਿੱਚ ਸਿੱਖ ਭਾਈਚਾਰੇ ਨਾਲ ਦਹਿਸ਼ਤਵਾਦ ਦਾ ਸ਼ਬਦ ਜੋੜਦਿਆਂ ਉਸ ਨੂੰ ਕੈਨੇਡਾ ਲਈ ਸੰਭਾਵੀ ਦਹਿਸ਼ਤੀ ਖਤਰਿਆਂ ਵਿੱਚ ਰੱਖਿਆ ਗਿਆ, ਪਰ ਇਸ ਲਈ ਉਹਨਾਂ ਕੋਲ ਕੋਈ ਢੁਕਵੇਂ ਸਬੂਤ ਜਾਂ ਕੋਈ ਇੰਟੈਲੀਜੈਂਸ ਰਿਪੋਰਟ ਨਹੀਂ ਸੀ ਜੋ ਇਸ ਨੂੰ ਸਾਬਤ ਕਰਦੀ। ਸੋ ਸਿੱਖ ਕੌਮ ਇਕਸੁਰ ਹੋ ਕੇ ਇਸ ਰਿਪੋਰਟ ਦੇ ਖਿਲਾਫ ਖੜੀ ਹੋਈ, ਸਬੂਤ ਮੰਗੇ ਗਏ, ਇੱਕ ਲੋਕ ਲਹਿਰ ਖੜੀ ਕੀਤੀ ਗਈ। ਪੰਜਾਬੀ ਮੀਡੀਆ ਵਿੱਚ ਇਸ ਗੱਲ ਤੇ ਬਹਿਸ ਪਕਾਈ ਗਈ ਕਿ ਬਿਨਾਂ ਠੋਸ ਸਬੂਤਾਂ ਤੇ ਤੱਥਾਂ ਦੇ ਕਿਵੇਂ ਇੱਕ ਪੂਰੇ ਭਾਈਚਾਰੇ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਗਿਆ। ਸਿੱਖ ਕੌਮ ਵੱਲੋਂ ਕੀਤਾ ਗਿਆ ਸੰਘਰਸ਼ ਰੰਗ ਲਿਆਇਆ ਅਤੇ ਇਸ ਰਿਪੋਰਟ ਵਿੱਚ ਸਿੱਖ ਦਹਿਸ਼ਤਗਰਦ ਸ਼ਬਦ ਨੂੰ ਹਟਾ ਦਿੱਤਾ ਗਿਆ। ਉਹਨਾਂ ਨੇ ਲਿਖਿਆ ਕਿ ਸਿੱਖ ਭਾਈਚਾਰਾ ਆਪਣੀ ਆਜ਼ਾਦਾਨਾ ਹੋਣ ਤੇ ਵਿਚਾਰ ਪੇਸ਼ ਕਰਨ ਦੀ ਸਮਰੱਥਾ ਅਤੇ ਸਿਆਸੀ ਆਵਾਜ਼ ਬੁਲੰਦ ਕਰਨ ਲਈ ਸਮਰੱਥਾਵਾਨ ਹੈ। ਉਹਨਾਂ ਜ਼ਿਕਰ ਕੀਤਾ ਕਿ ਇੱਥੇ ਸਿੱਖ 1980 ਦੇ ਦੌਰ ਦੌਰਾਨ ਸਟੇਟ ਦੀ ਸ਼ਹਿਰ ਤੇ ਜਾਰੀ ਹਿੰਸਾ ਦੌਰਾਨ ਭਾਰਤ ਤੋਂ ਕੈਨੇਡਾ ਆਏ ਅਤੇ ਓਨਟਾਰੀਓ ਸਰਕਾਰ ਨੇ 2017 ਵਿੱਚ ਉਸ ਹਿੰਸਾ ਨੂੰ ਨਸਲਕੁਸ਼ੀ ਦਰਸਾਇਆ ਸੀ। ਪਰ ਹੁਣ ਜਦੋਂ ਸਿੱਖ ਕੌਮ ਦੇ ਸੰਘਰਸ਼ ਤੋਂ ਬਾਅਦ ਕੈਨੇਡੀਅਨ ਸਰਕਾਰ ਦੀ ਉਸ ਰਿਪੋਰਟ ਵਿੱਚ ਸੋਧ ਹੋਈ ਹੈ ਤਾਂ ਕੁਝ ਟਿੱਪਣੀਕਾਰ ਅਤੇ ਕਲਮ ਨਵੀਸ ਸਿੱਖ ਕੌਮ ਉੱਪਰ ਕੈਨੇਡੀਅਨ ਰਾਜਨੀਤੀ ਉੱਪਰ ਅਸੰਤੋਖਜਨਕ ਪ੍ਰਭਾਵ ਪਾਉਣ ਦੀਆਂ ਦਲੀਲਾਂ ਦੇ ਕੇ ਸਿੱਖ ਕੌਮ ਦੇ ਸੰਘਰਸ਼ ਨੂੰ ਸਵਾਲਾਂ ਵਿੱਚ ਖੜਾ ਕਰ ਰਹੇ ਨੇ। ਸਿਆਸੀ ਹਲਕਿਆਂ ਵਿੱਚ ਸਿੱਖ ਕੌਮ ਦੇ ਅਨੁਪਾਤਕ ਪ੍ਰਭਾਵ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਹ ਘੱਟ ਗਿਣਤੀ ਭਾਈਚਾਰੇ ਵੱਲੋਂ ਇੱਕ ਜਮਹੂਰੀ ਢਾਂਚੇ ਵਿੱਚ ਆਪਣੇ ਹੱਕਾਂ ਅਤੇ ਮਸਲਿਆਂ ਲਈ ਆਵਾਜ਼ ਚੁੱਕਣਾ ਹਰ ਪੱਖੋਂ ਤਰਕਸੰਗਤ ਹੈ, ਪਰ ਇਸ ਨੂੰ ਗਲਤ ਰੰਗਤ ਦੇ ਕੇ ਪੇਸ਼ ਕਰਨਾ ਕਿਸੇ ਵੀ ਪੱਖੋਂ ਨਿਆਂਸੰਗਤ ਨਹੀਂ ਹੈ। ਇਸ ਦੇ ਇਲਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਦੋਹੇ ਮੁਲਕਾਂ ਦਰਮਿਆਨ ਸਫਾਰਤੀ ਪੱਧਰ ਤੇ ਖੁਫੀਆ ਜਾਣਕਾਰੀਆਂ ਦੇ ਆਦਾਨ ਪ੍ਰਦਾਨ ਅਤੇ ਅੱਤਵਾਦ ਦੇ ਸੰਦਰਭ ਵਿੱਚ ਸਮਝੌਤੇ ਦਾ ਜ਼ਿਕਰ ਕਰਦਿਆਂ ਉਸ ਤੋਂ ਬਾਅਦ ਭਾਰਤੀ ਏਜੰਸੀਆਂ ਦੇ ਪ੍ਰਭਾਵ ਹੇਠ ਕੈਨੇਡਾ ਵਿੱਚ ਚੁੱਕੇ ਗਏ ਕੁਝ ਕਦਮਾਂ ਦੇ ਹਵਾਲੇ ਵੀ ਇਸ ਰਿਪੋਰਟ ਵਿੱਚ ਦਿੱਤੇ ਗਏ ਹਨ ਅਤੇ ਇਸ ਗੱਲ ਨੂੰ ਉਭਾਰਿਆ ਗਿਆ ਹੈ ਕਿ ਘੱਟ ਗਿਣਤੀ ਸਿੱਖ ਭਾਈਚਾਰਾ ਆਪਣੇ ਜਮਹੂਰੀ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਹੱਕਾਂ ਅਤੇ ਮਸਲਿਆਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ। ਸੋ ਕਿਸੇ ਵੀ ਜਮਹੂਰੀ ਕਦਰਾਂ ਕੀਮਤਾਂ ਵਾਲੇ ਮੁਲਕ ਵਿੱਚ ਇਹ ਲਾਜ਼ਮੀ ਅਤੇ ਜ਼ਰੂਰੀ ਹੈ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੈਕ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।